ਹਾਂਜੀ ਸ਼ਸ਼ੀਕਲ ਜੀ ਹਨਰ ਦੇ ਪਪਾ ਲੈ ਕੇ ਆਏ ਸੀਗੇ ਸਪਰਿੰਗ ਰੋਲ ਤੇ ਮੂਮਮਸ ਮੈਂ ਉਹਨਾਂ ਨੂੰ ਕੀਤਾ ਗਰਮ ਕਹਿੰਦੇ ਠੰਡੇ ਹੋ ਗਏ ਤੂੰ ਗਰਮ ਕਰ ਲਿਆ ਤੇ ਬਸ ਮੈਂ ਉਹਨਾਂ ਨੂੰ ਮਾਈਕ੍ਰੋ ਵਿੱਚ 1-2 ਮਿੰਟ ਦੇ ਲਈ ਗਰਮ ਕੀਤਾ ਤੇ ਬਸ ਉਹਨੇ ਗਰਮ ਹੋ ਗਏ ਨੇ ਤੇ ਅਸੀਂ ਇੰਜੋਏ ਕੀਤਾ ਤੇ ਉਸ ਤੋਂ ਬਾਅਦ ਹਨਰ ਨੂੰ ਮੈਂ ਦਿੱਤੀ ਮੈਡੀਸਨ ਬਿਕਾਜ਼ ਪਤਾ ਹੀ ਹੈ ਤੁਹਾਨੂੰ ਸਭ ਨੂੰ ਬਿਮਾਰ ਆ ਉਹਨੂੰ ਮੈਡੀਸਨ ਦੇਣੀ ਕਦੇ ਔਖੀ ਆ ਕਦੇ ਸੌਖੀ ਆ ਕਿਉਂਕਿ ਕਦੇ-ਕਦੇ ਤਾਂ ਉਹ ਚੜ ਜਾਂਦਾ ਤੇ ਕਦੇ-ਕਦੇ ਆਰਾਮ ਦੇ ਨਾਲ ਸੌ ਉੱਠਿਆ ਮੰਗੂ ਲੈ ਲੈਂਦਾ ਪਹਿਲਾਂ ਤਾਂ ਹੁਣ ਉਹਨਾਂ ਡੱਬੀਆਂ ਨੂੰ ਖੋਲ-ਖੋਲ ਕੇ ਉਹਨਾਂ ਦੀ ਚੈਕਿੰਗ ਕਰੂਗਾ ਆਰਾਮ ਦੇ ਨਾਲ ਪੈ ਗਿਆ ਬੈਠ ਕੇ ਨਹੀਂ ਲੈਂਦਾ ਡਰਾਪਸ ਦੇ ਨਾਲ ਦੇਣੀ ਹੁੰਦੀ ਆ ਤਾਂ ਬੈਠ ਕੇ ਨਹੀਂ ਲੈਂਦਾ ਹੈਗਾ ਔਖਾ ਕਰਦਾ ਤਾਂ ਇਹਨੂੰ ਮੈਂ ਥੋੜਾ ਜਿਹਾ ਸਰਾਣਾ ਰੱਖ ਕੇ ਤਕੀਆ ਰੱਖ ਲੈਨੀ ਆ ਤਾਂ ਉਹਨੂੰ ਬੱਚਾ ਥੋੜਾ ਜੁੱਛਾ ਵੀਰੇ ਤੇ ਵਧੀਆ ਮੈਡੀਸਿਨ ਲੈ ਲਵੇ ਤੇ ਇਦਾਂ ਜਿਦਾਂ ਡਾਕਟਰ ਨੇ ਦੱਸਿਆ ਹੋਇਆਗਾ ਤੇ ਮੈਂ ਉਦਾਂ ਉਹਨੂੰ ਮੈਡੀਸਨ ਦੇ ਰਹੀ ਸੀ ਤੇ ਉਧਰ ਹੁਨਰ ਦੇ ਪਾਪਾ ਉਹ ਬੈਠੇ ਸੀਗੇ ਉਹ ਟੀਵੀ ਦੇਖ ਰਹੇ ਸੀਗੇ ਮਨ ਦਾ ਫੇਵਰਟ ਚੱਲ ਰਿਹਾ ਸੀਗਾ ਜੋ ਵੀ ਸ਼ੋਅ ਦੇਖਦੇ ਆਗੇ ਤੇ ਮਨਵਰ ਫਾਰੂਕੀ ਦਾ ਆਈ ਥਿੰਕ ਸ਼ੋਅ ਚੱਲਦਾ ਪਿਆ ਸੀਗਾ ਤੇ ਉਹ ਦੇਖਦੇ ਪਏ ਸੀਗੇ ਤੇ ਬਸ ਮੈਂ ਇਹਨੂੰ ਮੈਡੀਸਨ ਦੇ ਰਹੀ ਸੀ ਖੇਡ ਲਾ ਲਾ ਕੇ ਕਈ ਵਾਰ ਪਤਾ ਹੀ ਕੀ ਕਰਦਾ ਕਈ ਵਾਰ ਜਦੋਂ ਇਹਦਾ ਨਹੀਂ ਮੂਡ ਹੁੰਦਾ ਨਹੀਂ ਮਨ ਹੁੰਦਾ ਤਾਂ ਇਹ ਨਾ ਮੂੰਹ ਘੁੱਟ ਲੈਂਦਾ ਹੁੰਦਾ ਵੀ ਮੇਰੇ ਮੂੰਹ ਚ ਨਾ ਦਵਾਈ ਨਾ ਪਵੇ ਤੇ ਫਿਰ ਇਹਨੂੰ ਧੱਕੇ ਧੁੱਕੇ ਨਾਲ ਫੜਫੜਕੇ ਦੇਣੀ ਪੈਂਦੀ ਆ ਕਈ ਵਾਰ ਬਾਹਾਂ ਮਾਰਦਾ ਤੇ ਇਸ ਵਾਰ ਤਾਂ ਦੇਖੋ ਵਧੀਆ ਲੈ ਜਾਂਦਾ ਪਤਾ ਨਹੀਂ ਉਹਨੂੰ ਪਤਾ ਸੀ ਮੇਰੀ ਵੀਡੀਓ ਬਣ ਰਹੀ ਹੈਗੀ ਤੇ ਵਧੀਆ ਆਰਾਮ ਨਾਲ ਲੈ ਰਿਹਾ